ਉਹਨਾਂ ਦਾ ਕਹਿ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਲੌਕਡਾਊਨ ਤੇ ਖੁੱਲ ਗਿਆ ਹੈ ਪਰ ਮਾਸਕ ਤੋਂ ਬਿਨਾਂ ਕੋਈ ਵੀ ਬਾਹਰ ਨਹੀਂ ਜਾ ਸਕਦਾ। ਜੇਕਰ ਤੁਸੀਂ ਛੋਟੀ ਜਿਹੀ ਵੀ ਗਲਤੀ ਕੀਤੀ ਤਾਂ ਤੁਸੀਂ ਵੀ ਨਹੀਂ ਬਚ ਪਾਓਗੇ ਇਸ ਮਹਾਮਾਰੀ ਤੋਂ। ਕੋਰੋਨਾ ਦੀ ਚਪੇਟ ਤੋਂ ਟੀਵੀ ਜਗਤ ਦੇ ਸਿਤਾਰੇ ਵੀ ਨਹੀਂ ਬਚ ਪਾਏ। ਬਾਲੀਵੁੱਡ ਇੰਡਸਟਰੀ ਤੋਂ ਹਰ ਰੋਜ਼ ਇੱਕ ਤੋਂ ਬਾਅਦ ਇੱਕ ਕੇਸ ਸਾਹਮਣੇ ਆ ਰਹੇ ਨੇ। ਟੀਵੀ ਸੀਰੀਅਲ ਖਿਚੜੀ ਫੇਮ ਐਕਟਰੈਸ ਚੀਕੀ ਦੇ ਕਿਰਦਾਰ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਰੀਚਾ ਬਦਰਾ ਨੂੰ ਹੋਇਆ ਕੋਰੋਨਾ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੀ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਆਪਣੀ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਮੈਂ ਕੋਰੋਨਾ ਪੋਜ਼ਿਟਿਵ ਹਾਂ। BMC ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਤੇ ਇਸ ਵੇਲੇ ਮੈਂ ਆਪਣੇ ਘਰ 'ਚ ਕੁਆਰੰਟਾਈਨ ਹਾਂ ਤੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਜੋ ਪਿਛਲੇ ਕਈ ਦਿਨਾਂ ਤੋਂ ਮੇਰੇ ਸੰਬੰਧ ਵਿੱਚ ਆਏ ਸਨ। ਸਾਰੇ ਮੈਨੂੰ ਆਪਣੀ ਦੁਆਵਾਂ 'ਚ ਰੱਖੋ ਤੇ ਆਪਣਾ ਖੁਦ ਦਾ ਵੀ ਧਿਆਨ ਰੱਖੋ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਸੁੰਘਣ ਦੀ ਸ਼ਮਤਾ ਖਤਮ ਹੋ ਗਈ ਸੀ ਤੇ ਨਾ ਹੀ ਉਹਨਾਂ ਨੂੰ ਕਿਸੇ ਖਾਣ ਦੀ ਚੀਜ਼ ਦਾ ਸਵਾਦ ਆਉਂਦਾ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਦੇਰ ਤੋਂ ਕਫ ਤੇ ਕੋਲਡ ਵੀ ਸੀ, ਇਸ ਲਈ ਉਹਨਾਂ ਨੂੰ ਲੱਗਾ ਕਿ ਉਹਨਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ। ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਜਗਤ ਦੇ ਸਿਤਾਰਿਆਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ, ਜਿਸ 'ਚ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਅਨੁਪਮ ਖੇਰ ਦੇ ਭਰਾ ਤੇ ਮਾਂ ਤੇ ਕਈ ਹੋਰ ਹਸਤੀਆਂ ਦੇ ਨਾਮ ਸ਼ਾਮਿਲ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰੀਚਾ ਖਿਚੜੀ ਤੋਂ ਬਾਅਦ ਸੀਰੀਅਲ ਬਾ ਬਹੂ ਔਰ ਬੇਬੀ ਕਰਨ ਤੋਂ ਬਾਅਦ ਮਿਸਿਸ ਤੇਂਦੁਲਕਰ 'ਚ ਵੀ ਨਜ਼ਰ ਆ ਚੁੱਕੇ ਨੇ। ਰੀਚਾ ਗੁਮਰਾਹ ਦੇ ਇੱਕ ਐਪੀਸੋਡ 'ਚ ਵੀ ਨਜ਼ਰ ਆ ਚੁੱਕੀ ਹੈ। ਰੀਚਾ ਨੇ ਦੱਸਿਆ ਕਿ ਉਹ ਖਿਚੜੀ ਸੀਰੀਅਲ 'ਚ ਵਾਪਸੀ ਕਰਨਾ ਚਾਹੁੰਦੀ ਸੀ ਪਰ ਉਹਨਾਂ ਦਾ ਭਾਰ ਵੱਧ ਹੋਣ ਕਾਰਨ ਉਹਨਾਂ ਨੂੰ ਕਾਸਟਿੰਗ ਕਾਊਚ ਨੇ ਪਹਿਲਾਂ ਭਾਰ ਕੱਟ ਕਰਨ ਨੂੰ ਕਿਹਾ, ਪਰ ਉਹ ਸਿਰਫ ਇੱਕ ਸੀਰੀਅਲ 'ਚ ਕੰਮ ਕਰਨ ਲਈ ਆਪਣਾ ਭਾਰ ਕੱਟ ਨਹੀਂ ਕਰਨਾ ਚਾਹੁੰਦੀ ਸੀ। ਇਹੋ ਜਿਹੇ ਹੋਰ ਅਪਡੇਟਸ ਲਈ ਜੁੜੇ ਰਹੋ ਲਿਵਿੰਗ ਇੰਡੀਆ ਦੇ ਨਾਲ।